ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਬੰਦ ਕੀਤਾ ਗਿਆ ਹੈ। ਇਸ ਬੰਦ ਦੌਰਾਨ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਪਿੰਡ ਜੱਜਾ ਕਲਾਂ ਦੇ NRI ਵੀਰਾਂ ਦੇ ਵੱਲੋਂ ਜਿੱਥੇ ਪਿੰਡ ਦੇ ਵਿੱਚ ਘਰ ਘਰ ਜਾ ਕੇ ਰਾਸ਼ਨ ਦਿੱਤਾ ਗਿਆ, ਉੱਥੇ ਹੀ ਫਲੌਰ ਸ਼ਹਿਰ ਦੇ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਤੁਲਸੀਦਾਸ ਕਹਿਲੇ, ਨਿਰਮਲ ਦਾਸ ਕਹਿਲੇ, ਮੀਤ ਰਾਮ, ਵਿਦਿਆ, ਜੌਨ ਆਦਿ ਮੌਜੂਦ ਸਨ। ਬ੍ਰਦਰ ਜੀ, ਜਿਹੜਾ ਤੁਸੀਂ ਇਹ ਤੁਸੀਂ ਰਾਸ਼ਨ ਵੰਡਿਆ ਹੈਗਾ, ਜਿਹੜੀ ਕੋਰੋਨਾ ਦੀ ਜਿਹੜੀ ਬਿਮਾਰੀ ਚੱਲੀ ਹੈਗਾ, ਪ੍ਰਕੋਪ ਚੱਲਿਆ, ਉਹਨੇ ਗਰੀਬ ਪਰਿਵਾਰ ਨੂੰ, ਜਿਹੜਾ ਨੀਡ ਪਰਿਵਾਰ ਹੈਗਾ, ਤੁਸੀਂ ਉਹਨੂੰ ਰਾਸ਼ਨ ਲੈ ਕੇ ਆਓ, ਕਿੰਨੇ ਕੁ ਪਰਿਵਾਰਾਂ ਨੂੰ ਤੁਸੀਂ ਇਹ ਅਰੇਂਜਮੈਂਟ ਕੀਤਾ ਹੈਗਾ ਔਰ ਕਿੱਥੇ ਕਿੱਥੇ ਕੀਤਾ? ਅਸੀਂ 200 ਪਰਿਵਾਰ ਦਾ ਅਰੇਂਜਮੈਂਟ ਕੀਤਾ ਆ। ਅਸੀਂ ਫਲੌਰ ਅਤੇ ਅੱਜ ਜੱਜਾ ਕਲਾਂ ਨੂੰ ਰਿਕਵਰ ਕਰਾਂਗੇ ਅਤੇ ਜੇ ਮਾਲਕ ਦੀ ਕਿਰਪਾ ਰਹੀ ਅਸੀਂ ਇੱਦੀ ਸੇਵਾ 'ਚ ਹਾਜ਼ਰ ਹੁੰਦੇ ਰਹਾਂਗੇ। ਇਹ ਕੋਈ ਸੰਸਥਾ ਤੁਹਾਡੀ ਆ ਜਾਂ ਤੁਸੀਂ ਕੋਈ ਆਪਣੇ ਵੱਲੋਂ? ਇਹ ਕੇਲੇ ਪਰਿਵਾਰ ਵੱਲੋਂ, ਜਿੱਦਾਂ ਜਿਹੜੇ ਸਾਡੇ ਬਾਹਰ ਗਏ ਆ, ਮੇਰੇ ਤਾਇਆ ਜੀ ਹੁਣੀ ਨਿਰਮਲ ਦਾਸ ਅਤੇ ਜੋਨ ਕੇਲੇ ਅਤੇ ਔਰ ਸਾਰੀ ਫੈਮਿਲੀ ਵੱਲੋਂ, ਜਿੱਦਾਂ ਅਸੀਂ ਇਹ ਪਰਪਸ ਆਪਣੇ ਪੂਰਾ ਕਰ ਰਹੇ ਹਾਂ। ਅੱਛਾ ਜੀ। ਅਤੇ ਅਸੀਂ ਜੇ ਸਾਨੂੰ ਸੇਵਾ ਮਾਲਕ ਇੱਦਾਂ ਹੀ ਸੇਵਾ ਦਾ ਮੌਕਾ ਦਿੰਦਾ ਰਹੇ, ਅਸੀਂ ਇੱਦਾਂ ਹੀ ਆਉਂਦੇ ਰਹਾਂਗੇ।